ਹਸਪਤਾਲ ਦੇ ਬੈੱਡ ਤੇ ਪਿਆ ਇਹ ਬੱਚਾ 9ਵੀਂ ਕਲਾਸ ਦਾ ਵਿਦਿਆਰਥੀ ਹੈ ਜਿਸ ਨੂੰ ਇਸ ਦੇ ਅਧਿਆਪਕ ਨੇ ਬਹੁਤ ਬੁਰੇ ਤਰੀਕੇ ਨਾਲ ਡੰਡੇ ਮਾਰ-ਮਾਰ ਕੇ ਕੁੱਟਿਆ ਤੇ ਇਸ ਦੀ ਬਾਹ ਤੱਕ ਤੋੜ ਦਿੱਤੀ। ਇਸ ਤੋਂ ਇਲਾਵਾ ਇਸ ਦੇ ਸਿਰ ਦੇ ਵਿੱਚ ਅਤੇ ਢਿੱਡ ਦੇ ਵਿੱਚ ਮੁੱਕੇ ਵੀ ਮਾਰੇ, ਜਿਸ ਤੋਂ ਬਾਅਦ ਸਹਿਜ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਅਤੇ ਜ਼ਖਮੀ ਹਾਲਤ ਦੇ ਵਿੱਚ ਹੀ ਸਹਿਜ ਆਪਣੇ ਘਰ ਪਹੁੰਚਿਆ, ਜਿਸ ਤੋਂ ਬਾਅਦ ਪਰਿਵਾਰ ਨੇ ਸਹਿਜ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ। ਇਹ ਘਟਨਾ ਮੋਗਾ ਤੋਂ ਸਾਹਮਣੇ ਆਈ ਹੈ ਜਿੱਥੇ 9ਵੀਂ ਕਲਾਸ ਦੇ ਵਿੱਚ ਪੜ੍ਹਨ ਵਾਲੇ ਇਸ ਵਿਦਿਆਰਥੀ ਦੀ ਅਧਿਆਪਕ ਨੇ ਬਹੁਤ ਬੁਰੇ ਤਰੀਕੇ ਨਾਲ ਕੁੱਟਮਾਰ ਕੀਤੀ ਹੈ। ਬੱਚੇ ਦਾ ਨਾਮ ਸਹਿਜ ਪ੍ਰੀਤ ਹੈ ਜੋ ਕਬੱਡੀ ਦਾ ਕੈਪਟਨ ਵੀ ਹੈ ਅਤੇ ਜਦੋਂ ਇਹ ਕਬੱਡੀ ਦੀ ਖੇਡ ਖੇਡਣ ਲੱਗੇ ਸੀ ਤਾਂ ਸਹਿਜ ਬਿਮਾਰ ਸੀ, ਜਿਸਦੇ ਚੱਲਦੇ ਇਸਨੇ ਲਿਸਟ ਦੇ ਵਿੱਚ ਆਪਣੇ ਭਰਾ ਦਾ ਨਾਮ ਪਾ ਦਿੱਤਾ, ਜਿਸ ਕਾਰਨ ਅਧਿਆਪਕ ਗੁੱਸਾ ਹੋ ਗਿਆ, ਜਿਸਦੇ ਚੱਲਦੇ ਅਧਿਆਪਕ ਨੇ ਇਸ ਬੱਚੇ ਨੂੰ ਬਹੁਤ ਬੁਰੇ ਤਰੀਕੇ ਨਾਲ ਕੁੱਟਿਆ। ਫਿਲਹਾਲ ਇਸ ਘਟਨਾ ਤੋਂ ਬਾਅਦ ਸਹਿਜ ਪ੍ਰੀਤ ਬਹੁਤ ਬੁਰੇ ਤਰੀਕੇ ਨਾਲ ਜ਼ਖਮੀ ਹੋ ਗਿਆ ਤੇ ਉਸਦੀ ਬਾਂਹ ਵੀ ਟੁੱਟ ਗਈ, ਜਿਸ ਕਾਰਨ ਪਰਿਵਾਰ ਨੇ ਹੁਣ ਉਸਨੂੰ ਹਸਪਤਾਲ ਭਰਤੀ ਕਰਵਾਇਆ। ਉੱਥੇ ਹੀ ਪਰਿਵਾਰ ਨੇ ਹੁਣ ਇਨਸਾਫ ਦੀ ਮੰਗ ਵੀ ਕੀਤੀ ਹੈ। ਫਿਲਹਾਲ ਪੁਲਿਸ ਵੱਲੋਂ ਦੋਸ਼ੀ ਅਧਿਆਪਕ ਪਰਮਜੀਤ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਭਾਵੁਕ ਸ਼ਬਦਾਂ ਦੇ ਵਿੱਚ ਸਹਿਜ ਪ੍ਰੀਤ ਨੇ ਆਪਣੀ ਹੱਡ ਬੀਤੀ ਦੱਸਦੇ ਹੋਏ ਕੀ ਕੁਝ ਕਿਹਾ, ਤੁਸੀਂ ਖੁਦ ਹੀ ਸੁਣੋ। ਇਹ ਸਰ ਨੇ ਮਾਰਿਆ। ਕਿਹੜੇ ਸਰ ਨੇ ਮਾਰਿਆ, ਕਿਉਂ ਮਾਰਿਆ? ਪਰਮਜੀਤ ਸਰ ਨੇ ਕੱਲ ਕਲਾ ਦੀ। ਕਿਉਂ ਮਾਰਿਆ? ਮੈਂ ਸਰਕਾਰੀ ਸਕੂਲੇ ਪੜ੍ਹਦੇ ਡਰੋਲੀ ਭਾਈ ਬੋਇਸ ਇਹ ਖੇਡਣ ਪਿੱਛੇ ਮਾਰਿਆ ਜੀ। ਜੀ ਅਸੀਂ ਅੱਜ ਖੇਡਣ ਜਾਣਾ ਸੀ ਕੱਲ ਕਲਾ ਜੀ। ਮੈਂ ਪਹਿਲਾਂ ਹੀ ਲਿਸਟ ਬਣਾਈ ਸੀ, ਕਬੱਡੀ ਦਾ ਕੈਪਟਨ ਸੀ ਜੀ। ਮੈਂ ਬਿਮਾਰ ਸੀ, ਮੈਂ ਉਹਨਾਂ ਨੂੰ ਕਿਹਾ ਮੇਰੇ ਭਰਾ ਨੂੰ ਖੜਾ ਲਓ ਜੀ, ਕਹਿੰਦਾ ਮੈਂ ਬਿਮਾਰ ਆ ਜੀ। ਉਹ ਕਹਿੰਦਾ ਹੁਣ ਅਸੀਂ ਤੇਰੇ ਸਾਰੇ ਟੱਬਰ ਨੂੰ ਨਾ ਖੜਾ ਲਗੇ, ਅਤੇ ਮੈਂ ਕਹੀ ਮੈਂ ਨਹੀਂ ਖੇਡ ਸਕਦਾ। ਉਹਨਾਂ ਨੇ ਮੇਰੇ ਮਾਰਿਆ ਜੀ। ਮੈਂ ਉਹਨਾਂ ਨੂੰ ਦੱਸਿਆ ਜੀ ਮੇਰੇ ਸਿਰ ਦੀ ਬਿਮਾਰੀ, ਉਹਨਾਂ ਨੇ ਸਿਰ 'ਚ ਮੁੱਕੀਆਂ ਮਾਰੀਆਂ, ਡੰਡੇ ਬਹੁਤ ਮਾਰੇ ਜੀ। ਕਿੱਥੇ ਮਾਰੇ ਡੰਡੇ? ਡੰਡੇ ਹੱਥਾਂ 'ਤੇ, ਪੱਟਾਂ 'ਤੇ। ਤੁਸੀਂ ਕਬੱਡੀ ਖੇਡਦੇ ਹੋ? ਹਾਂਜੀ। ਕਿਹੜੀ ਕਲਾਸ ਪੜ੍ਹਦੇ ਹੋ? 9ਵੀਂ ਜੀ। ਹੋਰ ਵੀ ਕਿਸੇ ਨੂੰ ਮਾਰਿਆ? ਤੁਹਾਨੂੰ ਮਾਰਿਆ ਜੀ? ਬਹੁਤ ਜਵਾਕਾਂ ਦੇ ਮਾਰਦਾ ਜੀ, ਬਿਨਾਂ ਗੱਲ ਤੋਂ ਮਾਰਦਾ ਰਹਿੰਦਾ। ਕਦਾ ਟੀਚਰ ਕਦਾ? ਸਮਾਜਿਕ ਦਾ ਜੀ। ਪਹਿਲਾਂ ਵੀ ਮਾਰਦਾ ਤੁਹਾਨੂੰ? ਹਾਂਜੀ। ਮੈਂ ਮੰਮਾ ਜੀ ਨਰੇਗਾ 'ਚ ਕੰਮ ਕਰਦੇ ਜੀ, ਅਤੇ ਸਾਨੂੰ ਐਂ ਕਹਿੰਦਾ ਹੁੰਦਾ ਵੀ ਤੁਸੀਂ ਤਾਂ ਨਰੇਗਾ 'ਚ ਦਿਹਾੜੀਆਂ ਕਰਨੀਆਂ, ਅਤੇ ਮੈਨੂੰ ਆਉਂਦਾ ਤੇਰਾ 9ਵੀਂ 'ਚ ਤੈਨੂੰ ਮੈਂ ਪਾਸ ਨਹੀਂ ਹੋਣ ਦੇਣਾ। ਕਿਉਂ ਕਹਿੰਦਾ? ਕਿਉਂ ਸੀ? ਕਿਉਂ ਖਾ ਰੱਖਦਾ ਜੀ ਤੁਹਾਡੇ ਕੋਲ? ਹਾਂਜੀ। ਕਦੇ ਵਾਸਤੇ ਜੀ? ਅਸੀਂ ਨੀਵੀਂ ਕਾਸਟ ਦੇ ਜੀ। ਤਾਂ ਇਹ ਨਾ ਜੀ ਸਕੂਲ ਦੇ ਵਿੱਚ ਟੀਚਰ ਨੇ ਬਹੁਤ ਮਾਰਿਆ ਕੁੱਟਿਆ ਇਹਨਾਂ ਨੂੰ, ਅਤੇ ਉਹਦੇ ਕਰਕੇ ਇਹਦੀ ਬਾਂਹ ਵੀ ਸਾਰੀ ਫ੍ਰੈਕਚਰ ਕਰਤੀ ਇਹਦੀ। ਫ੍ਰੈਕਚਰ ਹੋਇਆ ਬਾਂਹ? ਹਾਂਜੀ। ਕੀ ਕਾਰਨ ਕੀ ਰਿਹਾ? ਕਾਰਨ ਇਹ ਸੀਗਾ ਵੀ ਇਹਦਾ ਛੋਟਾ ਭਰਾ ਵੀ ਕਬੱਡੀ ਖੇਡਦਾ, ਮੁੰਡਾ ਮੇਰਾ, ਉਹ ਵੀ ਦੋਵੇਂ ਮੁੰਡੇ ਕਬੱਡੀ ਬਹੁਤ ਸੋਹਣੀ ਖੇਡਦੇ ਆ ਜੀ। ਇਹ ਮੇਰੇ ਸਿਰ 'ਤੇ ਰਿਸ਼ਾ ਪਿਆ ਸਿਰ ਦੇ ਵਿੱਚ, ਡਾਕਟਰਾਂ ਨੇ ਮਨਾ ਕੀਤਾ ਵੀ ਤੂੰ ਨਾ ਖੇਡਾ ਜੇ, ਰੈਸਟ 'ਤੇ ਸਿਰ ਸੀਗਾ, ਅਤੇ ਮਤਲਬ ਵੀ ਇਹ ਕਹਿੰਦਾ ਵੀ ਮੈਂ ਆਪਣੇ ਭਰਾ ਦਾ ਨਾਂ ਲਿਖ ਲਿਆ ਇਹਨੇ ਲਿਸਟ ਦੇ ਵਿੱਚ, ਅਤੇ ਸਰ ਕਹਿੰਦੇ ਵੀ ਅਸੀਂ ਮਤਲਬ ਵੀ ਉਹਦੇ ਤੇਰੇ ਭਰਾ ਨੂੰ ਨਹੀਂ ਨਾਲ ਲੈ ਖੜਾਉਣਾ ਗਾ, ਤੂੰ ਖੇਡਣ ਦਾ ਖੇਡ ਲਾ। ਇਹ ਕਹਿੰਦਾ ਮੈਂ ਵੀ ਨਹੀਂ ਖੇਡਣਾ, ਇੰਨਾ ਜਾ ਕੇ ਡੰਡੇ ਠੋਕਣ ਲੱਗ ਪਈ। ਮੁੜ ਘਰ ਵਾਲੀ ਮੇਰੇ ਮੇਟ ਦਾ ਕੰਮ ਕਰਦੀ ਨਰੇਗਾ ਦਾ, ਕਿ ਵੀ ਤੁਹਾਨੂੰ ਨਰੇਗਾ ਵਾਲੇ ਰਹਿਣ ਦੇਣਾ ਸੀ, ਤੁਹਾਨੂੰ ਕਾਮਯਾਬ ਨਹੀਂ ਹੋਣ ਦੇਣਾ ਜੀ। ਪਹਿਲਾਂ ਹੋਰ ਵੀ ਬੱਚੇ ਬਹੁਤ ਕੁੱਟੇ ਆਈਏ ਨੇ, ਹੋਰ ਸਾਰਾ ਸਟਾਫ ਬਹੁਤ ਵਧੀਆ ਜੀ, ਬਹੁਤ ਵਧੀਆ ਮਿਲਾਪ ਕਰਦੇ ਇਹਨਾਂ ਬੱਚਿਆਂ ਨਾਲ, ਉਹੀ ਜ਼ਿਆਦਾ ਮਤਲਬ ਵੀ ਕਰਦਾ ਜੀ। ਕਬੱਡੀ ਖੇਡਦਾ? ਹਾਂਜੀ, ਇਹ ਕਬੱਡੀ ਖੇਡਦਾ ਜੀ। ਕਿਹੜੀ ਕਲਾਸ 'ਚ? 9ਵੀਂ ਕਲਾਸ ਦੇ ਵਿੱਚ ਜੀ। ਕੈਪਟਨ ਵੀ ਹੈ? ਹਾਂਜੀ, ਕੈਪਟਨ ਆ ਜੀ ਕਬੱਡੀ ਦਾ। ਕਬੱਡੀ ਸਕੂਲ ਦਾ ਕੈਪਟਨ? ਹਾਂਜੀ। ਇਹਦੇ ਨਾਮ ਕਿਹਦਾ ਲਿਖਿਆ ਜੀ? ਹਾਂਜੀ, ਨਾਮ ਕਿਹਦਾ ਲਿਖਿਆ ਜੀ? ਨਾਮ ਆਪਦੇ ਛੋਟੇ ਭਰਾ ਦਾ ਲਿਖਿਆ ਜੀ, ਵਾਹਿਗੁਰੂ ਸਿੰਘ ਦਾ ਜੀ। ਅੱਛਾ। ਹਾਂਜੀ।
ਉਹ ਟੀਚਰ ਕਹਿੰਦੇ ਵੀ ਇਹਨੂੰ ਨਹੀਂ ਖੜਨਾ ਗਾ, ਤੂੰ ਖੇਡਣ ਦਾ ਖੇਡ ਲਾ। ਇਹ ਕਹਿੰਦਾ ਮੈਂ ਵੀ, ਇਹ ਕਹਿੰਦਾ ਮੈਂ ਵੀ ਨਹੀਂ ਖੇਡਣਾ ਗਾ। ਇਹਨੇ ਬੱਚੀ ਹੁਣ ਡੰਡਾ ਚੱਕ ਦੇ ਜਵਾਕ ਦੇ ਠੋਕਣ ਲੱਗ ਪਈ। ਹਾਂਜੀ ਉਹ ਵੀ ਉਸ ਸਕੂਲ 'ਚ ਪੜ੍ਹਦਾ ਜੀ, ਉਹ 6ਵੀਂ ਕਲਾਸ 'ਚ ਆ ਜੀ। ਹਾਂਜੀ ਪਰਮਜੀਤ ਸਿੰਘ ਆ ਜੀ। ਹਾਂਜੀ ਸ਼ਿਕਾਇਤ ਕੀਤੀ ਹੈ ਪਰ ਕੋਈ ਸਾਡੀ ਸੁਣਵਾਈ ਨਹੀਂ ਹੋਈ। ਮਾਮਲਾ ਸਰ ਇਹਦੀ ਪੜਤਾਲ ਜਾਰੀ ਹੈ ਜੀ, ਅਤੇ ਮੈਂ ਇਹਦੇ ਆਇਆ ਸਾਹਿਬ ਜੀ ਦਾ ਪਤਾ ਲੈਣ, ਇਹਦੀ ਮੈਡੀਕਲ ਰਿਪੋਰਟ ਅੱਗੇ ਲੈ ਕੇ ਕੈਸੀ ਕਾਰਵਾਈ ਆ ਉਹ ਜੀ ਕਰਦੇ ਹਾਂ ਕਾਰਵਾਈ। ਸਕੂਲ ਦੇ ਵਿੱਚ ਇਹਦੀ ਮਾਤਾ ਅਤੇ ਦੱਸਣ ਮੁਤਾਬਕ ਰਮਨਦੀਪ ਕੌਰ ਦੇ, ਜਿਹੜਾ ਮੇਰਾ ਬੇਟਾ 9ਵੀਂ ਕਲਾਸ 'ਚ ਪੜ੍ਹਦਾ ਅਤੇ ਉਹਦੀ ਕੁੱਟਮਾਰ ਕੀਤੀ ਹੈ ਟੀਚਰਾਂ ਨੇ। ਇਹ ਜੇ ਪੜਤਾਲ ਜਾਰੀ ਹੈ ਜੀ, ਕਲੀਅਰ ਨਹੀਂ ਹੋਇਆ ਵੀ ਮਾਤਾ ਨੇ ਦੱਸਿਆ ਜੀ ਕੀ ਕਾਰਨ ਰਿਹਾ ਜੀ, ਕਿਉਂ ਕੁੱਟਮਾਰ ਕੀਤੀ ਟੀਚਰ ਵੱਲੋਂ ਉਹਨਾਂ ਨੂੰ? ਨਹੀਂ ਹਜੇ ਨਹੀਂ ਕੋਈ ਗੱਲ।